ਜੈ ਜਨਤਾ ਜੈ ਭਾਰਤ ਮੈਂ ਗੁਰਦੇਵਾਲ ਸਿੰਘ ਸੈਣੀ ਰਿਟਾਇਰਡ ਪੁਲਿਸ ਅਫਸਰ ਜ਼ਿਲ੍ਹਾ ਪ੍ਰਧਾਨ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਮੈਂ ਤਿੰਨ ਚਾਰ ਦਿਨ ਤੋਂ ਕਈ ਪ੍ਰਕਾਰ ਦੀਆਂ ਵੀਡੀਓ ਵਾਇਰਲ ਹੋਈਆਂ ਦੇਖੀਆਂ ਜਿਹਦੇ ਵਿੱਚ ਪਹਿਲਾਂ ਤੇ ਇੱਕ ਸਰਦਾਰ ਹਰਮੰਦਰ ਸਿੰਘ ਦੀ ਜਿਹੜਾ ਉਹ ਅੰਮ੍ਰਿਤਸਰ ਦੀ ਬੀਬੀ ਨਾਲ ਗੱਲਬਾਤ ਹੋਈ ਉਹ ਵੀ ਵਾਇਰਲ ਹੋਈ ਦੇਖੀ ਦੂਸਰੀ ਜਿਹੜੇ ਐਸਐਚਓ ਸਾਹਿਬ ਹਰੀਕੇ ਨੂੰ ਇਨਾ ਨੇ ਦਵਕੇ ਮਾਰੇ ਉਹ ਵੀ ਮੈਂ ਦੇਖੀ ਪਰ ਮੇਰੇ ਮਨ ਨੂੰ ਇੰਨਾ ਦੁੱਖ ਹੋਇਆ ਹੈ ਕਿ ਇਹ ਇੱਕ ਐਮਐਲਏ ਜਿਹੜਾ ਇੱਕ ਇਹ ਵੀ ਪਬਲਿਕ ਸਰਵੰਟ ਆ ਇਹ ਆਪਣੇ ਆਪ 'ਚ ਐਸਐਚਓ ਨੂੰ ਇੱਕ ਗੁਲਾਮ ਆਪਣਾ ਸਮਝਦਾ ਤੇ ਇਸ ਕਰਕੇ ਉਹਨੂੰ ਪਬਲਿਕਲੀ ਦਵਕੇ ਮਾਰਦਾ ਕਿਉਂਕਿ ਉਹਨੇ ਪਬਲਿਕ ਦੇ ਕੋਲ ਬਹੁਤ ਬੈਠੀ ਆਦੀ ਮੈਂ ਸਾਰੀ ਉਹ ਵੀਡੀਓ ਵਾਇਰਲ ਹੋ ਜਿਹੜੀ ਸੁਣਨ ਦਾ ਸੁਣੀ ਆ ਐਮਐਲਏ ਸਾਹਿਬ ਤੁਸੀਂ ਦਵਕੇ ਕਿਉਂ ਮਾਰੇ ਆ ਤੁਹਾਡਾ ਹੱਕ ਬਣਦਾ ਤਾਨੂੰ ਸਾਸਰੀਕਾਲ ਕਹਿਣੀ ਕਿਉਂ ਬਣਦੀ ਆ ਤੁਸੀਂ ਉਹਦੇ ਸਾਹਮਣੇ ਆਓ ਤੁਹਾਨੂੰ ਕਹਿ ਲੂਗਾ ਬਿਨਾਂ ਵਜ੍ਹਾ ਤੁਹਾਨੂੰ ਟੈਲੀਫੋਨ ਤੇ ਸਾਸਰੀਕਾਲ ਕਹਿਣ ਦਾ ਕੀ ਮਤਲਬ ਹੈ ਦੱਸੋ ਤੁਹਾਡੇ ਕੋਠੀ ਆਣ ਕੇ ਹਾਇਰੀ ਲਵਾਉਣ ਦਾ ਕੀ ਮਤਲਬ ਹੈ ਦੱਸੋ ਕਿਸ ਪ੍ਰੋਟੋਕੋਲ ਚ ਲਿਖਿਆ ਆਇਆ ਤੁਸੀਂ ਇੱਕ ਤਾਨਾਸਾਈ ਦਾ ਸਬੂਤ ਦੇ ਕੇ ਪਬਲਿਕਲੀ ਲੋਕਾਂ ਨੂੰ ਇਹ ਦੱਸਿਆ ਕਿ ਮੈਂ ਇੱਕ ਐਮਐਲਏ ਕਿਵੇਂ ਐਸਐਜ ਦੇ ਉੱਤੇ ਗਲਬਾ ਪਾ ਸਕਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਅਸੀਂ ਸਟੇਟ ਲੈਵਲ ਪੁਲਿਸ ਬਾਡੀ ਨੇ ਸਾਰੀ ਨੇ ਇੱਕ ਮਤਾ ਪਾਸ ਕਰ ਲਿਆ ਕਿ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣੀ ਆ ਜਿਸ ਸਿਮਰਤਜੀਤ ਸਿੰਘ ਪੈਂਸ ਦੇ ਖਿਲਾਫ ਕਾਰਵਾਈ ਹੋ ਸਕਦੀ ਆ ਤੇ ਤੁਹਾਡੇ ਖਿਲਾਫ ਕਿਉਂ ਨਹੀਂ ਹੋ ਸਕਦੀ ਤੁਹਾਡੇ ਖਿਲਾਫ ਵੀ ਹੋਣੀ ਚਾਹੀਦੀ ਆ ਮੈਂ ਤੇ ਐਸਐਚਓ ਹਰੀਕੇ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਐਸਐਚਓ ਸਾਹਿਬ ਬਿਲਕੁਲ ਇਹਨੇ ਜੋ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਤੈਨੂੰ ਨਹੀਂ ਪਤਾ ਐਸਐਚਓ ਕਿਵੇਂ ਲੱਗਦਾ ਕਿਵੇਂ ਲਾਈਦੇ ਆ ਤੂੰ ਕਿਤਰਾ ਨੌਕਰੀ ਕਰ ਲੇਗਾ ਤੂੰ ਇਥੇ ਕਿਤਰਾ ਰਹਿ ਲੇਗਾ ਵਾਹ ਕੀ ਬਾਤ ਆ ਕੱਲ ਅੱਜ ਤੁਸੀਂ ਐਮਐਲਏ ਕੱਲ ਨਾ ਹੋਏ ਤਾਂ ਫਿਰ ਇਥੇ ਫਿਰ ਇਥੇ ਐਸਐਚਓ ਨਹੀਂ ਲੱਗਣੇ ਐਸਐਚਓ ਲੱਗਦੇ ਰਹਿਣੇ ਆ ਤੁਸੀਂ ਪਤਾ ਨਹੀਂ ਮੁੜ ਕੇ ਐਮਐਲਏ ਬਣਨਾ ਕਿ ਨਹੀਂ ਬਣਨਾ ਹਰੀਕੇ ਜੰਨਾ ਚੱਕ ਥਾਣਾ ਉਹਨਾਂ ਚੱਕ ਇਥੇ ਐਸਐਚਓ ਲੱਗਦੇ ਰਹਿਣੇ ਅੰਦਰ ਲੱਗਣਗੇ ਤੁਸੀਂ ਇਹ ਮਨ ਚ ਭਲਾ ਦਿਓ ਆਪਣੇ ਐਮਐਲਏ ਸਾਹਿਬ ਤੁਸੀਂ ਇੱਕ ਸਬੂਤ ਦਿੱਤਾ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਉਸ ਵੇਲੇ ਕਿਹਾ ਸੀ ਬਾਬਰ ਦੇ ਵੇਲੇ ਤੁਸੀਂ ਆ ਤੁਸੀਂ ਐਵੇਂ ਨਹੀਂ ਉਹ ਬਾਬਰ ਕੇ ਬਣਦੇ ਤੁਸੀਂ ਬਾਬਰ ਕੇ ਦੇ ਬਣ ਕੇ ਦੱਸ ਦਿੱਤਾ ਜੋ ਗੁਰੂ ਗੁਰੂ ਨਾਨਕ ਦੇਵ ਜੀ ਸਾਹਿਬ ਨੇ ਕਹਿਈ ਨਾ ਰਾਜੇ ਸੀ ਮਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਤੁਸੀਂ ਉਹ ਗੱਲ ਕੀਤੀ ਗਾੜੀ ਵੀ ਪਤਾ ਪਤਾ ਨਾ ਕੀ ਕੋਜ ਚੱਟਦੇ ਚਟਾਉਂਦੇ ਲੋਕਾਂ ਦਾ ਖੂਨ ਕਿਤਰਾ ਪਿੰਦੇ ਗੁਰਬਾਣੀ ਬਹੁਤ ਕੁਝ ਕਹਿੰਦੀ ਆ ਉਹਦਾ ਤੁਸੀਂ ਸਬੂਤ ਦਿੱਤਾ ਵੀ ਤੁਸੀਂ ਇੱਕ ਇੱਕ ਸ਼ਰੀਫ ਐਸ ਐਚਓ ਸਿਗਾ ਜਿੰਨ ਗਾੜੀ ਤੁਹਾਡੇ ਉਹ ਦਬਕੇ ਸਹਲੇ ਤੋਂ ਹਾਂਜੀ 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 ਕਰਦਾ ਰਿਆ ਜੇ ਕੋਈ ਉਹ ਜਿਹਾ ਖੜ ਦਿਮਾਗ ਹੈ ਹੁੰਦਾ ਤੇ ਤੁਹਾਨੂੰ ਗਾੜੀਓ ਦੱਸਦਾ ਜਿਤਨਾ ਅੰਮ੍ਰਿਤਸਰ ਵਾਲੀ ਬੀਬੀ ਨੇ ਤੁਹਾਨੂੰ ਜਵਾਬ ਦਿੱਤੇ ਸੀ ਤੁਸੀਂ ਐਸਐਚਓ ਨੂੰ ਤਨਖਾਹ ਤੁਸੀਂ ਨਹੀਂ ਦਿੰਦੇ ਐਸਐਚਓ ਪਬਲਿਕ ਸਰਵੰਟ ਆ ਪਬਲਿਕ ਦੇ ਟੈਕਸਾਂ ਦੇ ਵਿੱਚੋਂ ਉਹ ਤਨਖਾਹ ਲੈਂਦਾ ਪਬਲਿਕ ਦੀ ਜਾਨ ਮਾਲ ਦੀ ਰਖਵਾਲੀ ਉਹਨ ਕਰਨੀ ਆ ਤੁਸੀਂ ਵੀ ਤਨਖਾਹ ਪਬਲਿਕ ਦੇ ਟੈਕਸਾਂ ਵਿੱਚੋਂ ਲੈਂਦੇ ਹੋ ਤੁਸੀਂ ਵਧੀਆ-ਵਧੀਆ ਹਸਪਤਲਾਂ 'ਚ ਆਪਣੇ ਇਲਾਜ ਕਰਾਉਂਦੇ ਹੋ ਵਧੀਆ ਤਨਖਾਹਾਂ ਲੈਂਦੇ ਹੋ ਵਧੀਆ ਗੱਡੀਆਂ ਝੂਦੇ ਕਿੱਥੋਂ ਪਬਲਿਕ ਦੇ ਪੈਸੇ 'ਚੋਂ ਔਰ ਤੁਸੀਂ ਇਹ ਬਹੁਤ ਮਾੜੀ ਗੱਲ ਕੀਤੀ ਆ ਜਿਹੜੇ ਇੱਕ ਐਸਐਚਓ ਨੂੰ ਦੋਕੈ ਮਾਰੇ ਆ ਔਰ ਮੈਨੂੰ ਇਹ ਤਰ੍ਹਾਂ ਲੱਗਦਾ ਵੀ ਤੁਸੀਂ ਜਿਦਾ ਆਪਣਾ ਦਿਮਾਗੀ ਸੰਤੁਲਨ ਹੀ ਖੋ ਬੈਠੇ ਹੋ ਜਿਹੜਾ ਕਿ ਤੁਸੀਂ ਇਸ ਤਰ੍ਹਾਂ ਇੱਕ ਤੁਸੀਂ ਕੀ ਆਪਣੇ ਇਲਾਕੇ ਨੂੰ ਕੀ ਰਹਿਨਮਾਈ ਕਰੋਗੇ ਆਪਣੇ ਇਲਾਕੇ ਦੀ ਜਿਹੜੇ ਤੁਸੀਂ ਇੱਕ ਇੱਕ ਐਸਐਚਓ ਨਾਲ ਤੁਹਾਡਾ ਬੋਲਣ ਦਾ ਤਰੀਕਾ ਹੀ ਇੱਕ ਨਹੀਂ ਚੰਗਾ ਪਰ ਤੁਹਾਨੂੰ ਇੱਕ ਮੈਂ ਗੱਲ ਦੱਸ ਦਿੰਦਾ ਤੁਸੀਂ ਵੇਖ ਲਓ ਕਿ ਕਿੰਨੇ ਰਿਟਾਇਰਡ ਪੁਲਿਸ ਅਫਸਰ ਆ ਤੇ ਕਿੰਨੇ ਜਿਹੜੇ ਨੌਕਰੀ ਕਰਦੇ ਆ ਇਹ ਜਿਹੜੀਆਂ ਤੁਹਾਡੀਆਂ ਇਹੋ ਜਿਹੀਆਂ ਵਧਿੱਕੀਆਂ ਸਾਰੇ ਵੇਖਦੇ ਆ ਪਬਲਿਕ ਵੀ ਦੇਖਦੀ ਆ ਠੀਕ ਹੈ ਤੁਸੀਂ ਕੰਸੀ ਚੋਂ ਚੰਸੀਆ ਬਣਾ ਲੀਆਂ ਵੀ ਆਪਣੀ ਮਰਜ਼ੀ ਨਾਲ ਤੁਸੀਂ ਲਵਾਉਂਦੇ ਹੋ ਜਦ ਕਿ ਨਹੀਂ ਲਾਉਣੇ ਚਾਹੀਦੇ ਸਰਕਾਰ ਦਾ ਮਤਲਬ ਸਾਡੇ ਉੱਤੇ ਉਹ ਚੱਚ ਅਧਿਕਾਰੀ ਬਿਰੋਕ੍ਰੇਟਸ ਜਿਹੜੇ ਬੈਠੇ ਆ ਉਹਨਾਂ ਨੂੰ ਨਹੀਂ ਇਹਨਾਂ ਦੀਆਂ ਵੀਡੀਓ ਦੇ ਉੱਤੇ ਅਫਸਰ ਲਾਉਣੇ ਚਾਹੀਦੇ ਰੂਟੀਨ ਵਿੱਚ ਲਾਓ ਸਾਰਿਆਂ ਨੂੰ ਵਾਰ ਵਾਰੀ ਮੌਕਾ ਦਿਓ ਇਹਨਾਂ ਦੇ ਅੱਖੇ ਨਾਲ ਬਦਲੀ ਕਰੋ ਨਾ ਇਹਨਾਂ ਦੇ ਅੱਖੇ ਉੱਤੇ ਤਨਾਤੀ ਕਰੋ ਪਰ ਹੁੰਦਾ ਆ ਪਤਾ ਨਹੀਂ ਕੀ ਗੱਲ ਹੋ ਗਈ ਆ ਅਸੀਂ ਤੇ ਬੜੀ ਇਸ ਗੱਲ ਤੋਂ ਵੀ ਬੜੇ ਦੁਖੀ ਆ ਵੀ ਇਹਨਾਂ ਐਮਐਲਏ ਦੇ ਅੱਖੇ ਕਿਉਂ ਬਦਲੀਆਂ ਹੋਣ ਕਿਉਂ ਨਾ ਅਫਸਰ ਹੋ ਚ ਅਫਸਰ ਆਪਣੇ ਇਸ ਤਹਸਾਬ ਨਾਲ ਆਪਣੇ ਅਫਸਰ ਦੀ ਰੋਟੇਸ਼ਨ ਵਿੱਚ ਬਦਲੀ ਕਰਨ ਪਰ ਮੰਦ ਭਾਗਾ ਜਨਤਾ ਵਾਸਤੇ ਵੀ ਆ ਜਿਹੜਾ ਤੁਹਾਡੇ ਵਰਗੇ ਐਮਐਲਏ ਦੇ ਅੱਖ ਜਿਹੜੇ ਬਦਲੀਆਂ ਹੁੰਦੀਆਂ ਪਰ ਮੈਨੂੰ ਹੁਣ ਉਮੀਦ ਹੋ ਗਈ ਆ ਵੀ ਤੁਹਾਡੇ ਆਖੇ ਹੁਣ ਅੱਗੇ ਤੋਂ ਕੋਈ ਬਦਲੀ ਨਹੀਂ ਹੋਏਗੀ ਨਹੀਂ ਮੈਂ ਐਸਐਸਪੀ ਸਾਹਿਬ ਤਰਨਤਾਰਨ ਨੂੰ ਵੀ ਬੇਨਤੀ ਕਰੂੰਗਾ ਪੀਐਸਐਚਓ ਉਸ ਹਰੀਕੇ ਦੀ ਬਦਲੀ ਨਹੀਂ ਹੋਣੀ ਚਾਹੀਦੀ ਹਾਂ ਜੇ ਉਹ ਬਹੁਤ ਕੋਈ ਵੱਡਾ ਗੁਨਾਹ ਕਰ ਦੇ ਪਰ ਮੈਨੂੰ ਉਹ ਲੱਗਦਾ ਉਹਦੀ ਮੈਂ ਫੋਟੋ ਵੇਖੀ ਆ ਸਾਰਾ ਕੁਝ ਦੇਖਿਆ ਮੈਨੂੰ ਉਹ ਇੱਕ ਬੜਾ ਸੈਂਸਰਿਟੀ ਵਾਲਾ ਜਿਹੜਾ ਉਹ ਮਨੁੱਖ ਲੱਗਦਾ ਵੀ ਉਹ ਇੱਕ ਪੜਿਆ ਲਿਖਿਆ ਨੌਜਵਾਨ ਆ ਔਰ ਉਹ ਜਿਹੜਾ ਕਿ ਇਨਸਾਫ ਦੇਣਾ ਚਾਹੁੰਦਾ ਐਮਐਲਏ ਸਾਹਿਬ ਕਹਿੰਦੇ ਆ ਉਹ ਮੈਂ ਕਹੇ ਬਲਬੀਸ ਨੂੰ ਕੰਮ ਨਹੀਂ ਕਰਉ ਉਹ ਦਿੱਤਾ ਠੀਕ ਹੈ ਰੋਕਿਆ ਹੋਊਗਾ ਬੇਸ਼ੱਕ ਉਹਨੂੰ ਕਹਿਤਾ ਰੋਕਣਾ ਨਹੀਂ ਜੇ ਤੁਸੀਂ ਕੋਈ ਗਲਤ ਕੰਮ ਕਰੋ ਤੇ ਉਹਨੂੰ ਕੋਈ ਨਹੀਂ ਗਲਤ ਨਹੀਂ ਹੋਣ ਦੇਣਾ ਚਾਹੀਦਾ ਸੋ ਮੈਂ ਹੁਣ ਜਿਆਦਾ ਲੰਮਾ ਨਾ ਖਿੱਚਦਾ ਹੋਇਆ ਮੈਂ ਐਮਐਲਏ ਸਾਹਿਬ ਤੁਹਾਨੂੰ ਦੱਸਣਾ ਕਰੋਨਾ ਖੋਲ ਲੈਂਦੇ ਹੋ ਜਾਂ ਤੇ ਤੁਸੀਂ ਮਾਫੀ ਮੰਗੋਗੇ ਜਾਂ ਫਿਰ ਤੁਹਾਡੇ ਘਰਾਓ ਜਿਹੜਾ ਵਾ ਸਟੇਟ ਪੁਲਿਸ ਪੈਨਸ਼ਨਡ ਵੈਲਫੇਅਰ ਐਸੋਸੀਏਸ਼ਨ ਜਿਹੜੀ ਆ ਸਾਰੇ ਪੰਜਾਬ ਦੀਆਂ ਇਕਾਈਆਂ ਜਿਹੜੀਆਂ ਉਹ ਤੁਹਾਡਾ ਕਰਨ ਗਿਆ ਔਰ ਤੁਹਾਡਾ ਤੁਹਾਨੂੰ ਦੱਸਣ ਗਿਆ ਕਿਵੇਂ ਜਿਹੜੀ ਆ ਇੱਕ ਅਧਿਕਾਰੀ ਨਾਲ ਗੱਲ ਕਿਵੇਂ ਕੀਤੀ ਜਾਂਦੀ ਆ ਐਸ ਐਚਓ ਕੋਈ ਤੁਹਾਡਾ ਗੁਲਾਮ ਆ ਐਸ ਐਚਓ ਪਬਲਿਕ ਦਾ ਨੌਕਰ ਆ ਤੁਹਾਡਾ ਨੌਕਰ ਨਹੀਂ ਤੇ ਮੈਂ ਤੁਹਾਨੂੰ ਗੱਲ ਦੱਸ ਦੇਣੀ ਚਾਹਣਾ ਔਰ ਮੈਂ ਆਪਣੇ ਉੱਚ ਅਫਸਰਾਂ ਬੈਨ ਨੂੰ ਅਫਸਰਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਣੇ ਮੁਲਾਜ਼ਮਾਂ ਦੀ ਗੱਲ ਸੁਣ ਕੇ ਉਹਦੇ ਉੱਤੇ ਕਾਰਵਾਈ ਕਰਿਆ ਕਰੋ ਇਹੋ ਜਿਹੇ ਆਖੇ ਲੱਗ ਕੇ ਕੋਈ ਵੀ ਕੰਮ ਨਾ ਕਰੋ ਔਰ ਜੇਕਰ ਕੋਈ ਤੁਹਾਡੇ ਕੋ ਆਪਣਾ ਕੋਈ ਪੁਲਿਸ ਅਮਲਾਜ਼ਮ ਆਪਣੀ ਕੋਈ ਦੁੱਖ ਤਕਲੀਫ ਲੈ ਕੇ ਆਉਂਦਾ ਤੇ ਉਹਦੀ ਤੁਸੀਂ ਆਪਣੇ ਤੌਰ ਦੇ ਉੱਤੇ ਜਿਹੜਾ ਉਹਨੂੰ ਉਸ ਵੇਲੇ ਠੀਕ ਕਰ ਦਿਆ ਕਰੋ ਤਾਂ ਕਿ ਇਹੋ ਜਿਹੇ ਜਿਹੜੇ ਕਿ ਬਾਬਰ ਦੇ ਵੇਲੇ ਦੇ ਜਿਹੜੇ ਉਹਨਾਂ ਦੀ ਜਿੰਜ ਵਿੱਚ ਉਹ ਗੱਲ ਵੜੀ ਹੋਈ ਆ ਇਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਧੱਕੇ ਖਾਣੇ ਪਰ ਪਰ ਮੈਂ ਆਪਣੇ ਪੁਲਿਸ ਅਫਸਰਾਂ ਨੂੰ ਹੋਰ ਵੀ ਕਹੂੰਗਾ ਜਿਹੜੇ ਕਈ ਐਸਐਚਓ ਲੱਗਣ ਲਈ ਐਸਐਚਓ ਲੱਗਣਾ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਐਸਐਚਓ ਜਿਹੜਾ ਬੜੀ ਬਹੁਤ ਵਧੀਆ ਪੁਲਿਸ ਲੈਂਡ 'ਚ ਵੀ ਕੁਝ ਨਹੀਂ ਹੁੰਦਾ ਸੀਆਈਏ ਸਟਾਫ 'ਚ ਕੁਝ ਨਹੀਂ ਹੁੰਦਾ ਔਰ ਕਿਤੇ ਐਸਐਚਓ ਤਾਂ ਇੱਕ ਬਹੁਤ ਵੱਡੀ ਸਿਰਦਰਦੀ ਔਰ ਜ਼ਿੰਮੇਵਾਰੀ ਆ ਪਰ ਤੁਸੀਂ ਲੋਕ ਜਾ ਜਾ ਕੇ ਇਹਨਾਂ ਦੀਆਂ ਮੰਤਾਂ ਕਰਕੇ ਐਸਐਚਓ ਲੱਗਦੇ ਹੋ ਨਹੀਂ ਲੱਗਣਾ ਚਾਹੀਦਾ ਮੈਨੂੰ ਪਤਾ ਪਰ ਲੇਕਿਨ ਮੈਂ ਇਹ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਬਿਲਕੁਲ ਇਹਨਾਂ ਤੇ ਮਗਰ ਨਹੀਂ ਜਾਣਾ ਚਾਹੀਦਾ ਇਹ ਕਿਸੇ ਦਾ ਭਲਾ ਨਹੀਂ ਜੇ ਚਾਹੁੰਦੇ ਇਹ ਸਿਰਫ ਆਪਣੇ ਕੰਮ ਕੱਢਦੇ ਆ ਔਰ ਮੁੜ ਕੇ ਲੱਤ ਮਾਰਦੇ ਆ ਸੋ ਮੈਂ ਤੁਹਾਨੂੰ ਇਹ ਬੇਨਤੀ ਕਰ ਦੇਣਾ ਚਾਹੁੰਦਾ ਇਹ ਹਰੇਕ ਪੁਲਿਸ ਅਫਸਰ ਨੂੰ ਸਾਰੇ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਕਿ ਕਿਸੇ ਐਮਐਲਏ ਦੇ ਅੱਖੇ ਕਿਸੇ ਮੰਤਰੀ ਦੇ ਅੱਖੇ ਕੋਈ ਗਲਤ ਕੰਮ ਨਾ ਕਰੋ ਜੋ ਕਾਨੂੰਨ ਕਹਿੰਦਾ ਉਹਦੇ ਮੁਤਾਬਕ ਕਰੋ ਔਰ ਆਮ ਜਨਤਾ ਔਰ ਗਰੀਬ ਜਨਤਾ ਦੀ ਆਵਾਜ਼ ਨੂੰ ਸੁਣੋ ਔਰ ਹਰ ਚੰਗਾ ਕੰਮ ਕਰੋ ਜਾ ਕੇ ਲੋਕਾਂ ਵਿੱਚ ਜਿਹੜੀ ਪੁਲਿਸ ਦੀ ਚੰਗੀ ਸਭੀ ਬਣ ਸਕੇ ਨਹੀਂ ਤੇ ਆਮ ਲੋਕਾਂ ਵਿੱਚ ਹੁਣ ਗੱਲ ਆ ਪੁਲਿਸ ਧੱਕਾ ਕਰਦੀ ਆ ਔਰ ਪੁਲਿਸ ਜਿਹੜੀ ਆ ਇਹਨਾਂ ਆਪਾ ਪੋਲੀਟੀਸ਼ਨ ਲਾਂਦੇ ਆ ਆਖੇ ਜਿਹੜੇ ਗਲਤ ਕੰਮ ਕਰਦੀ ਆ ਸੋ ਉਹਦਾ ਪ੍ਰਤੱਖ ਤੁਸੀਂ ਦੇਖ ਲਿਆ ਪਬਲਿਕ ਨੇ ਵੀ ਦੇਖ ਲਿਆ ਵੀ ਇਹ ਜਿਹੜੇ ਇੱਕ ਰਾਜਨੀਤਿਕ ਜਿਹੜੇ ਬੰਦੇ ਆ ਉਹ ਕਿਤਰਾਂ ਧੱਕੇ ਮਾਰਦਿਆ ਅਧਿਕਾਰੀਆਂ ਨੂੰ ਔਰ ਉਹਨਾਂ ਕੋਲੋਂ ਗਲਤ ਕੰਮ ਕਰਾਉਣ ਦੀ ਕੋਸ਼ਿਸ਼ ਕਰਦੇ ਹੋਣਗੇ ਸੋ ਮੈਂ ਪੁਲਿਸ ਨੂੰ ਕਹੂੰਗਾ ਤੁਸੀਂ ਇੱਕ ਧਰਮਰਾਜ ਦਾ ਦੂਜਾ ਰੂਪ ਜੇ ਤੁਸੀਂ ਕਿਸੇ ਨੂੰ ਨਰਕ ਵਿੱਚ ਵੀ ਛੁੱਟ ਸਕਦੇ ਤੇ ਸਵਰਗ ਵਿੱਚ ਵੀ ਨਰਕ ਵਿੱਚ ਛੁੱਟੋ ਉਹਨਾਂ ਨੂੰ ਜਿਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਜਿਨ੍ਹਾਂ ਨੇ ਨਹੀਂ ਕੋਈ ਗਲਤੀ ਕੀਤੀ ਨਹੀਂ ਹੁੰਦੀ ਉਹਨਾਂ ਨੂੰ ਪੂਰਾ ਇਨਸਾਫ ਦੇਂਦੀ ਪੂਰੀ ਪੂਰੀ ਕੋਸ਼ਿਸ਼ ਕਰੋ ਔਰ ਦਿਓ ਪਰਮਾਤਮਾ ਉੱਤੇ ਵੇਖਦਾ ਕਿ ਆ ਜਾਣੇ ਕਿਵੇਂ ਮਰेंगे ਕਿਹਦਾ ਮਰਨਾ ਹੋਏ ਸਾਬ ਮਰੋ ਨਾ ਵਿਸਰੇ ਮਰਨਾ ਸਹਿਲਾ ਹੋਏ ਸੋ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਹਰੇਕ ਨੇ ਮਰ ਜਾਣਾ ਇਹਨਾਂ ਐਮਐਲਏ ਨੇ ਵੀ ਮਰ ਜਾਣਾ ਵਾ ਕਹੇ ਰੋਜ਼ ਨੂੰ ਕਿਉਂ ਇਹ ਸੜਾ ਇਸ ਤਰ੍ਹਾਂ ਥੋੜਾ ਰਹਿਣਾ ਆ ਪਰ ਇਹਨਾਂ ਨੂੰ ਮੌਤ ਯਾਦ ਨਹੀਂ ਹਮੇਸ਼ਾ ਮੌਤ ਨੂੰ ਯਾਦ ਰੱਖੋ ਚੰਗੇ ਕੰਮ ਕਰੋ ਔਰ ਅਸੀਂ ਐਮਐਲਏ ਸਾਹਿਬ ਨੂੰ ਮੁੜ ਕੇ ਮੈਚ ਥਾਮ ਨਹੀਂ ਦਿਨਾ ਵੀ ਜਾਂ ਤੇ ਮਾਫੀ ਮੰਗੋ ਤੇ ਜਾਂ ਆਪਣੇ ਮੈਂ ਪੁਲਿਸ ਅਧਿਕਾਰੀਆਂ ਕਹੂੰਗਾ ਜੇ ਨਹੀਂ ਕਰਦਾ ਤੇ ਇਹਦੇ ਖਿਲਾਫ ਜੋਗ ਬਣਦੀ ਕਾਨੂੰਨੀ ਕਾਰਵਾਈਆਂ ਧਮਕੀਆਂ ਦੇਣਾ ਇੱਕ ਪੁਲਿਸ ਪੁਲਿਸ ਅਫਸਰ ਨੂੰ ਉਹਦੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਇਹ ਸਾਰੇ ਕਾਨੂੰਨ ਲਾ ਕੇ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਿਸ ਜੇ ਸਿਮਰਤਜੀਤ ਸਿੰਘ ਬੈਂਸ ਹੋ ਸਕਦੀ ਆ ਤੇ ਇਹਦੇ ਖਿਲਾਫ ਕਿਉਂ ਨਹੀਂ ਹੋ ਸਕਦੀ ਕਰੋ ਜੇ ਨਹੀਂ ਤੇ ਕਰੋਨਾ ਖੁੱਲਣ ਤੋਂ ਬਾਅਦ ਅਸੀਂ ਐਜੀਟੇਸ਼ਨ ਕਰਕੇ ਇਹਦੇ ਖਿਲਾਫ ਜ਼ਰੂਰ ਕਾਰਵਾਈ ਕਰਾਵਾਂਗੇ ਸਾਰੇ ਪੁਲਿਸ ਰਿਟਾਇਰਡ ਪੁਲਿਸ ਅਧਿਕਾਰੀ ਸੋ ਮੈਂ ਆਪਣੇ ਉੱਚ ਪੁਲਿਸ ਅਫਸਰਾਂ ਨੂੰ ਬੇਨਤੀ ਜ਼ਰੂਰ ਫੇਰ ਕਰਦਣ ਲੱਗਾ ਵੀ ਇਹੋ ਜਿਹੇ ਅਧਿਕਾਰੀਆਂ ਦੇ ਆਖੇ ਨਾ ਕੋਈ ਐਸਐਚਓ ਲਾਓ ਨਾ ਕੋਈ ਅਸਾਚੋ ਬਦਲੋ ਕੋਈ ਵੀ ਪੁਲਿਸ ਅਫਸਰ ਇਹੋ ਜਿਹੇ ਅੱਖੇ ਲੱਗ ਕੇ ਨਾ ਲਾਓ ਜਿਹੜਾ ਚੰਗਾ ਕਾਨੂੰਨ ਜਾਣਦਾ ਹੈ ਜਿਹੜਾ ਚੰਗਾ ਮੇਨਟੇਨ ਕਾਨੂੰਨ ਨੂੰ ਕਰ ਸਕਦਾ ਲਾਲ ਨੱਡੂ ਨੂੰ ਜਦੋਂ ਐਮਐਲ ਕਹਿੰਦਾ ਤੂੰ ਆਪਣੇ ਐਸਐਸਪੀ ਨਾਲ ਗੱਲ ਕੀਤੀ ਕਰਨੀ ਨਹੀਂ ਕਿਉਂ ਨਾ ਆਪਣੇ ਐਸਐਸਪੀ ਨਾਲ ਗੱਲ ਕਰੇ ਐਸਐਸਪੀ ਇੱਕ ਉਹਨਾਂ ਦਾ ਸਾਰੇ ਜ਼ਿਲ੍ਹੇ ਦਾ ਇਨਚਾਰਜ ਨਹੀਂ ਬਹੁਤ ਸਨੇ ਉਹਨੂੰ ਸਾਰਾ ਐਸਐਸਪੀ ਨੂੰ ਦੱਸਣਾ ਨਹੀਂ ਇਲਾਕੇ ਦੀ ਸਿਚੁਏਸ਼ਨ ਬਾਰੇ ਤੁਹਾਨੂੰ ਕਿਉਂ ਦੱਸੇ ਤੁਸੀਂ ਨੇ ਕਈ ਕੁਝ ਕਹਿਣਾ ਹੈ ਪੀਤਰਾ ਨਾ ਕਰ ਇਤਰਾ ਨਾ ਕਰ ਸੋਦਾ ਹੱਕ ਮੰਨਦਾ ਆਪਣੇ ਐਸਐਲਪੀ ਨਾਲ ਗੱਲ ਕਰਨਾ ਤੁਹਾਡੇ ਨਾਲ ਕੋਈ ਗੱਲ ਨਹੀਂ ਹਾਂ ਐਮਐਲਏ ਸਾਹਿਬ ਨੂੰ ਕੋਈ ਹੁੰਦਾ ਵੀ ਆ ਇੱਥੇ ਕਿਉਂ ਵੀ ਗੱਲ ਗਲਤ ਕੰਮ ਹੋ ਰਿਹਾ ਨਹੀਂ ਹੋਣਾ ਚਾਹੀਦਾ ਉਹ ਦੱਸੋ ਪਰ ਇਤਨਾ ਦਬਕੇ ਮਾਰਨ ਨਹੀਂ ਦੇਣੇ ਤੁਹਾਨੂੰ ਐਮਐਲਏ ਸਾਹਿਬ ਅਸੀਂ ਦਬਕੇ ਨਹੀਂ ਪੁਲਿਸ ਅਫਸਰਾਂ ਨੂੰ ਮਾਰਨ ਦੇਣੇ ਪਰ ਮੈਂ ਸਾਰੇ ਹੁਣ ਪੁਲਿਸ ਅਫਸਰਾਂ ਨੂੰ ਕੈਦਨ ਲਗਾਵਾ ਵੀ ਜਿਸ ਨਾਲ ਕਿਤੇ ਬਦੀ ਕੀਤੀ ਹੋਏਗੀ ਸਾਰੀ ਸਟੇਟ ਪੁਲਿਸ ਪੈਨਸ਼ਨਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਹੋਏਗੀ ਔਰ ਕਿਸੇ ਵੀ ਰਾਜਨੀਤਿਕ ਨੂੰ ਜਿਹੜਾ ਉਹਨੂੰ ਇਤਰਾ ਦੌਕੇ ਨਹੀਂ ਮਾਰਨ ਦੇ ਵੀ ਇਹਨਾਂ ਮੈਂ ਕਹਿੰਦਾ ਹਾਂ ਜੈ ਜਨਤਾ ਜੈ ਭਾਰਤ ਪੁਲਿਸ ਪੈਨਸ਼ਨਰ ਇਕਤਾ ਜਿੰਦਾਬਾਦ